ਬਠਿੰਡਾ ਦੇ ਪਿੰਡ ਦਿਉਣ ਵਿਖੇ ਚੱਲ ਰਿਹਾ ਹੈ ਇੱਕ ਰਾਹ ਦੇ ਰੌਲੇ ਨੂੰ ਲੈ ਕੇ ਲੰਬੇ ਸਮੇਂ ਤੋਂ ਧਰਨਾ ਅਤੇ ਅੱਜ ਬਠਿੰਡਾ ਮਲੋਟ ਰੋਡ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕੀਤੀ ਜਾਮ। ਦੱਸ ਦਈਏ ਕਿ ਬਠਿੰਡਾ ਦੇ ਨੇੜਲੇ ਪਿੰਡ ਦਿਉਣ ਵਿਖੇ ਇੱਕ ਰਾਹ ਦੇ ਰੌਲੇ ਨੂੰ ਲੈ ਕੇ ਲੰਬੇ ਸਮੇਂ ਤੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਧਰਨਾ ਦਿੱਤਾ ਜਾ ਰਿਹਾ ਅਤੇ ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਵੀ ਇਸ ਦੇ ਉਲਟ ਧਰਨਾ ਦਿੱਤਾ ਜਾ ਰਿਹਾ, ਜਿਸ ਨੂੰ ਲੈ ਕੇ ਇਹ ਰੌਲਾ ਲੰਬਾ ਹੁੰਦਾ ਨਜ਼ਰ ਆ ਰਿਹਾ। ਜ਼ਿਲ੍ਹਾ ਪ੍ਰਸ਼ਾਸਨ ਇਸ ਦੇ ਵਿੱਚ ਮਿਹਨਤੀ ਹੋਣ ਤੋਂ ਬਾਅਦ ਵੀ ਹਜੇ ਤੱਕ ਕੋਈ ਵਰੰਟ ਕਬਜ਼ਾ ਹੋਣ ਤੋਂ ਬਾਅਦ ਵੀ ਹਜੇ ਤੱਕ ਆਪਣਾ ਕਿਸੇ ਧਿਰ ਨੂੰ ਕਬਜ਼ਾ ਨਹੀਂ ਦਵਾਇਆ ਗਿਆ, ਜਿਸ ਨੂੰ ਲੈ ਕੇ ਅੱਜ 1 ਵਜੇ ਦੇ ਲਗਭਗ, ਸ਼ੁੱਕਰਵਾਰ ਨੂੰ 1 ਵਜੇ ਦੇ ਲਗਭਗ ਬਠਿੰਡਾ ਮਲੋਟ ਰੋਡ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜਾਮ ਕਰ ਦਿੱਤੀ ਗਈ। ਉਹਨਾਂ ਕਿਹਾ ਕਿ ਅਗਰ ਪ੍ਰਸ਼ਾਸਨ ਹਜੇ ਤੱਕ ਹਰਕਤ 'ਚ ਨਾ ਆਇਆ ਜਾਂ ਉਸਨੇ ਇਸ ਦਾ ਕੋਈ ਹੱਲ ਨਾ ਕੀਤਾ ਤਾਂ ਉਹਨਾਂ ਵੱਲੋਂ ਦੂਜੀ ਸੜਕ ਵੀ ਜੋ ਹੈ ਬਠਿੰਡਾ ਮੁਕਤਸਰ ਰੋਡ ਹੈ ਉਹ ਵੀ ਉਹਨਾਂ ਵੱਲੋਂ ਜਾਮ ਕੀਤੀ ਜਾਵੇਗੀ। ਮਨਜੀਤ ਕੌਰ ਜੀ, ਕੀ ਮਸਲਾ ਕੀ ਕਾਹਤੋਂ ਜ਼ਿਆਦਾ? ਸਾਡੇ ਮਸਲਾ ਜੀ ਰਾਹ ਦਾ ਹੈ। ਰਾਹ ਜੀ 22 ਫੁੱਟ ਸੀਗਾ, 22 ਫੁੱਟ ਦੇ ਵਿੱਚੋਂ ਦਿਉਣ ਪਿੰਡ ਦਾ ਜੀ, ਤੇ ਇਹ ਰਾਹ ਦਾ ਮਸਲਾ ਇਹੀ ਹੈਗਾ ਗਾ ਵੀ ਜਿੰਨਾ ਰਾਹ ਰੋਕਿਆ ਉਨਾ ਰਾਹ ਛੱਡਿਆ ਜਾਵੇ, ਛੱਡਿਆ ਜਾਂਦਾ ਨੀ ਰਾਹ। 20 ਫੁੱਟ, 18 ਫੁੱਟ, 19 ਫੁੱਟ ਰਾਹ ਛੱਡਦੇ ਹੈ, ਜਿਹੜਾ ਬਚਦਾ ਹੈ ਉਹ ਨਾ ਠੱਡੇ ਪੱਟਣ ਦਿੰਦੇ ਹੈ ਤੇ ਨਾ ਮਿੱਟੀ ਪਾਉਣ ਦਿੰਦੇ ਹੈ। ਅਸੀਂ ਹਾਂਜੀ ਹਾਂਜੀ ਸਰਕਾਰੀ ਜਗ੍ਹਾ ਜੀ, ਸਾਰੀ ਸਰਕਾਰੀ ਰਾਹ ਹੈ ਸਾਰਾ, ਸਾਰੇ ਪਿੰਡ ਦਾ। ਅਸੀਂ ਇਹੀ ਚਾਹੁੰਦੇ ਹਾਂਗੇ ਵੀ ਜਿਹੜੇ ਠੱਡੇ ਲੱਗੇ ਇੱਕ ਤਾਂ ਉਹ ਪੱਟੇ ਜਾਣ ਤੇ ਮਿੱਟੀ ਪਾਈ ਜਾਵੇ, ਰਾਹ ਚੱਲਦਾ ਹੋ ਜੇ, ਬਸ ਸਾਡਾ ਇਹੀ ਮਸਲਾ ਹੈ। ਹਜੇ ਕੋਈ ਮਸਲਾ ਨੀ ਜੀ ਹੋਇਆ, ਜਦੋਂ ਕੋਈ ਮਸਲਾ ਸਾਨੂੰ ਦੱਸਣਗੇ, ਜਿਹੋ ਜਿਹਾ ਸਾਨੂੰ ਪੁੱਛਣਗੇ ਉਹੋ ਜਿਹਾ ਅਸੀਂ ਦੱਸਣਗੇ। ਜੇ ਸਾਨੂੰ ਆਖਣਗੇ ਵੀ ਤੁਹਾਡਾ ਮਸਲਾ ਹੱਲ ਕਰ ਦਿਆਂਗੇ, ਅਸੀਂ ਉੱਠ ਖੜਾਂਗੇ ਬਸ। ਨਹੀਂ ਫਿਰ ਜੀ ਜਿੰਨਾ ਚਿਰ ਧਰਨਾ ਲੱਗਿਆ ਸੀ 6 ਵਜੇ ਤੇ ਲਗਵਾਂ, ਰਾਤ ਵੀ ਲੱਗ ਜੇ, ਰਾਤ ਵੀ ਲਾਵਾਂਗੇ, ਭਾਵੇਂ 2 ਦਿਨ ਲੱਗੀਆਂ 2 ਵੀ ਜਲਾਵਾਂਗੇ, ਜਿੰਨਾ ਚਿਰ ਸਾਡਾ ਮਸਲਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਇੱਥੇ ਬੈਠੇ ਬਸ। ਮਾਨ ਸਰਕਾਰ ਕਹਿੰਦੀ ਸੀ ਕਿ ਸੱਤਾ ਦੇ ਵਿੱਚ ਸਰਕਾਰ ਚੱਲੂ, ਲੋਕ ਹਿੱਤ ਦੇ ਫੈਸਲੇ ਹੋਣਗੇ, ਲੋਕਾਂ ਦੇ ਕੰਮਕਾਜ ਹੋਣਗੇ, ਕਿਵੇਂ ਲੱਗਦਾ? ਨਹੀਂ ਹੁੰਦੇ ਜੀ, ਨਹੀਂ ਹੁੰਦੇ। ਅਸੀਂ ਇਹੀ ਸੋਚਦੇ ਹਾਂਗੇ ਵੀ ਨਹੀਂ ਹੁੰਦੀ, ਜਿਹੜਾ ਪ੍ਰਸ਼ਾਸਨ ਆ ਹੋਣ ਦਿੰਦਾ ਹੀ ਨਹੀਂ, ਪ੍ਰਸ਼ਾਸਨ ਨਹੀਂ ਹੋਣ ਦਿੰਦਾ। ਸਰਕਾਰ ਠੀਕ ਕਰ ਰਹੀ ਹੈ ਤੁਹਾਡੇ ਮੁਤਾਬਕ? ਨਹੀਂ ਕਰ ਰਹੀ ਜੀ, ਜੇ ਕਰਨ ਵਾਲੀ ਹੁੰਦੀ ਤਾਂ ਫਿਰ ਸੜਕਾਂ ਤੇ ਰੋਣ ਦੀ ਲੋੜ ਹੀ ਨਹੀਂ ਸੀ ਸਾਨੂੰ, ਠੀਕ ਹੈ? ਨਹੀਂ ਸਾਡੀ ਇਹੀ ਰਾਜਨੀਤੀ ਹੈਗੀ ਹੈਗੀ ਵੀ ਸਾਡਾ ਰਾਹ ਛੱਡਿਆ ਜਾਵੇ, ਰਾਹ ਪੂਰਾ ਹੋ ਜੇ, ਸਾਡੀ ਆਵਾਜਾਵੀ ਹੋ ਜੇ, ਬਸ ਅਸੀਂ ਉੱਠ ਖੜਾਂਗੇ ਧਰਨੇ ਤੋਂ। ਮੇਰਾ ਨਾਮ ਗੁਰਪਾਲ ਸਿੰਘ ਜੀ, ਬਠਿੰਡੇ ਬਲਾਕ ਦਾ, ਮੈਂ ਜਨਰਲ ਸੈਕਟਰੀ ਹਾਂ। ਵੇਖੋ ਜੀ, ਊਂ ਤਾਂ ਇਹਨੂੰ ਲਗਾਤਾਰ ਹੋ ਗਿਆ ਸਾਲ ਭਰ ਸਾਡਾ ਰਾਹ ਦਾ ਜਿਹੜਾ ਕਬਜ਼ਾ ਛਡਾਉਣ ਦੀ ਗੱਲ ਕਰਦੀ ਹੈ ਸਰਕਾਰ, ਜਾਣੀ ਉਹ ਨੰਗੀ ਚਿੱਟੀ ਹੁੰਦੀ ਦਿੰਦੀ ਆ ਸਾਨੂੰ। 2 ਵਾਰੀ ਵਾਰੰਟ ਕਬਜ਼ਾ ਜਾਰੀ ਹੋ ਗਿਆ, ਜਿਹੜਾ ਪੈਨਲ ਨਾਲ ਮਿਹਨਤੀ ਹੋਈ ਹੋਈ ਹੈ, ਜਿਹਨੂੰ ਕੋਈ ਰੱਦ ਨਹੀਂ ਕਰ ਸਕਦਾ। ਉਹ ਜਾਣੀ ਲਾਗੂ ਕਰਨ ਦੀ ਬਜਾਏ ਕੱਲੀ ਖਾਨਾ ਪੂਰਤੀ ਕਰਕੇ ਉੱਥੇ ਮਾੜਾ ਮੋਟਾ ਉਹਨਾਂ ਨਾਲ ਗੰਢ ਧੁੱਪ ਕਰਕੇ ਦੂਜੀ ਧਿਰ ਨਾਲ ਕਬਜ਼ਾ ਛਡਾਉਣ ਦੀ ਬਜਾਏ ਸਾਡੇ 'ਚ ਆਪ ਦੇ 'ਚ ਜਾਣੀ ਧੜੇਬੰਦੀ ਖਰੀ ਕਰਕੇ ਲੜਾਉਣ ਲੱਗੀ ਹੋਈ ਹੈ ਸਰਕਾਰ ਮੌਕੇ ਦੀ। ਹੁਣ ਵੇਖੋ ਜਿਹੜਾ ਰਾਹ 22 ਫੁੱਟ ਚੌੜਾ, ਉਹ ਸਰਕਾਰੀ ਚੀਜ਼ ਹੈ, ਸਰਕਾਰੀ ਰਾਹ, ਊਂ ਸਾਡੇ ਲੋਕਾਂ 'ਚ ਵੀ ਕਾਟ ਕੱਟੀ ਆ, ਊਂ ਕਹਿ ਦਿੰਦੇ ਹਾਂ ਅਸੀਂ ਸਰਕਾਰੀ। ਪਰ ਸਰਕਾਰ ਪਿੱਛੇ ਜੇ ਇਹ ਕਹਿੰਦੀ ਸੀ ਵੀ ਸਾਡੀ ਚਿੱਠੀ ਜਾਰੀ ਹੋ ਗਈ, ਜਿਹੜੇ ਨਜਾਇਜ਼ ਕਬਜ਼ੇ ਜਾਂ ਰਾਹ ਸੜਕਾਂ ਦੇ ਨਾਲ ਮਿੱਟੀ ਨਹੀਂ ਉਹਨੂੰ ਅਸੀਂ ਖੁੱਲ੍ਹਾ ਕਰਾਉਣ ਲੱਗੇ ਹਾਂ, ਲੋਕਾਂ ਨੂੰ ਕੋਈ ਲੰਘਣਾ ਸੌਖਾ ਹੋ ਜੇ। ਪਰ ਅਸੀਂ ਸਾਲ ਭਰ ਹੋਏ ਹਾਂ ਇੱਥੇ, ਤੁਸੀਂ ਵੀ ਵਹਿੰਦੇ ਹੋਵੋਗੇ ਲਗਾਤਾਰ, ਤੁਹਾਡੇ ਚੈਨਲਾਂ ਨਾਲ ਹੀ ਵੀ ਅਸੀਂ ਸਰਕਾਰ ਤਾਂ ਹੀ ਗੱਲ ਪਹੁੰਚਾਉਣ ਦੀ ਕੋਸ਼ਿਸ਼ ਕਰੀ ਆ। ਪਰ ਕੁਛ ਦਿਨਾਂ 'ਚ ਸਾਨੂੰ ਐਂ ਪਤਾ ਲੱਗਿਆ 11 ਤਰੀਕ ਨੂੰ ਜਦੋਂ ਵਾਰੰਟ ਕਬਜ਼ਾ ਜਾਰੀ ਹੋਇਆ ਦੁਬਾਰੇ,
ਕਬੀੜਗੋ ਦੀ ਗੱਡੀ ਘੇਰਨ ਤੋਂ ਬਾਅਦ ਕੋਈ ਮਾੜਾ ਮੋਟਾ ਤਹਿਸੀਲਦਾਰ ਜਾਂ ਇੱਥੋਂ ਦਾ ਨਾਇਬ ਤਹਿਸੀਲਦਾਰ ਹਰਕਤ 'ਚ ਆਏ ਜਾਂ ਪ੍ਰਸ਼ਾਸਨ ਆਇਆ, ਪਰ ਜਿੱਥੋਂ ਤਾਈਂ ਸਾਡਾ ਉਨਾ ਕੁ ਸੀਗਾ ਉਨਾ ਕੁ ਇਹਨਾਂ ਨੇ ਖਾਨਾ ਪੂਰਤੀ ਕਰਕੇ ਜਿਹੜਾ ਹੁਣ ਵੀ ਰਾਹ ਉਹ 22 ਫੁੱਟ ਦੇ ਬਜਾਏ ਹਜੇ ਵੀ 15 ਫੁੱਟ 'ਚ ਖੜ੍ਹਾ ਉਹ, ਉਹਨੂੰ ਕੰਪਲੀਟ ਕਰਨ ਦੀ ਬਜਾਏ ਸਾਡੇ 'ਚ ਜਾਣੀ ਬਹੁਤ ਵੱਡਾ ਰੌਲਾ ਪਵਾਉਂਦੀ ਆ ਸਰਕਾਰ ਲਗਾਤਾਰ। ਇਹ ਅਸੀਂ ਕਿਰਤੀ ਲੋਕਾਂ ਨੂੰ ਤੁਹਾਡੇ ਚੈਨਲ ਰਾਹੀਂ ਵੀ ਕਹਿੰਦੇ ਹਾਂ ਵੀ ਸਾਡਾ ਆਵੀ ਦੀ ਰੌਲਾ ਨਹੀਂ ਕੋਈ, ਹੁਣ ਤਾਂ ਇੱਥੇ ਨੰਗੀ ਚੁੱਟੀ ਇੱਥੋਂ ਦੀ ਭਗਵੰਤ ਮਾਨ ਦੀ ਸਰਕਾਰ ਹੋ ਰਹੀ ਆ ਜਿਹੜੀ ਕਬਜ਼ਾ ਕਰਨ ਲੱਗੀ ਹੋਈ ਆ, ਜਾਣੀ ਛਡਾਉਣ ਦੀ ਬਜਾਏ। ਵੇਖੋ ਜੀ ਆਹ ਨੰਗੀ ਚਿੱਟੀ ਗੱਲ ਹੋ ਰਹੀ ਆ ਲਗਾਤਾਰ। ਅਸੀਂ ਸੁਬਾਹ ਵੀ ਸਾਡੀ ਡੀਸੀ ਨਾਲ ਮੀਟਿੰਗ ਹੋਈ, ਜਾਣੀ 11 ਤਰੀਕ ਤੋਂ ਝੋਨਾ ਲੱਗਣਾ ਸ਼ੁਰੂ ਹੋ ਗਿਆ। ਉਹ ਕਬਜ਼ਾ ਛਡਾਉਣ ਦੇ ਬਜਾਏ ਨਾ ਜਾਣੀ ਪੁੱਠਾ ਗੇੜਾ ਦੇਣਾ ਹੁੰਦਾ ਵੀ ਉੱਥੇ ਜਾਓ ਹੀ ਨਾ ਤੁਸੀਂ, ਇੱਥੇ ਧਰਨਾ ਚੱਲਦਾ, ਲੋਕ ਨਿਰਾਸ਼ਾ 'ਚ ਆ ਕੇ ਮੁੜ ਜਾਣਗੇ। ਪਰ BKU ਏਕਤਾ ਗਰਾਹਾਂ ਇਹ ਸੋਚ ਸਮਝ ਕੇ ਮਸਲੇ ਨੂੰ ਹੱਥ ਪਾਉਂਦੀ ਹੈ, ਜਿੰਨਾ ਚਿਰ ਸਿਰੇ ਨਹੀਂ ਲੱਗਦਾ ਉਨਾ ਚਿਰ ਅਸੀਂ ਜਾਣੀ ਯਤਨ ਜਾਰੀ ਰੱਖਾਂਗੇ। ਪਿਛਲੇ ਦਿਨੀ ਇਹਨਾਂ ਨੇ ਸਾਡੀ ਹੋਰ ਜਥੇਬੰਦੀ ਨੂੰ ਵੀ ਪ੍ਰੇਰ ਕੇ ਬਰਾਬਰ ਰੱਖ ਲਿਆਉਣ ਦੀ ਕੋਸ਼ਿਸ਼ ਕਰੀ ਵੀ ਇਹਨਾਂ ਦਾ ਧਰਨਾ ਖਤਮ ਹੋ ਜਾਏ, ਪਰ ਸੱਚ ਦੀ ਲੜਾਈ ਲੜ ਰਹੇ ਹਾਂ ਹਮੇਸ਼ਾ। ਸੱਚ ਦੀ ਆਵਾਜ਼ ਕਿਤੇ ਕਿਸੇ ਦੇ ਦਬਿਆਂ ਨਹੀਂ ਦੱਬਦੀ, ਇਹ ਜਿੱਥੇ ਮਰਜ਼ੀ ਆਪਦਾ ਯਤਨ ਕਰ ਲੈਣ, ਜਿੰਨਾ ਚਿਰ ਉਹ ਰਾਹ ਕੰਪਲੀਟ ਨਹੀਂ ਹੁੰਦਾ ਉੱਥੋਂ ਜਿਹੜੀਆਂ ਦਰਖਤ ਵਗੈਰਾ ਕੁਛ ਵੀ ਆ ਰਾਹ 'ਚ ਉਹ ਪਾਸੇ ਨਹੀਂ ਹੁੰਦੇ, ਉਨਾ ਚਿਰ ਸਾਡਾ ਇਹ ਜਾਣੀ ਐਕਸ਼ਨ ਇਦੂ ਵੀ ਕਰੜਾ ਹੋਣ ਵਾਲਾ ਹੋਊਗਾ ਆਉਣ ਵਾਲੇ ਦਿਨਾਂ 'ਚ। ਜਾਂ ਅੱਜ ਵੀ ਅਸੀਂ 2 ਵਜੇ ਦਾ ਅਲਟੀਮੇਟਮ ਦਿੱਤਾ ਸੀ ਬਕਾਇਦਾ, ਅਸੀਂ ਸੜਕ ਸਾਰੀ ਜਾਮ ਕਰਾਂਗੇ, ਸਾਡਾ ਬਲਾਕ ਇਕੱਠਾ ਹੋ ਰਿਹਾ, ਜ਼ਿਲ੍ਹੇ ਨਾਲ ਸਾਡਾ ਰਾਬਤਾ ਕਾਇਮ ਹੈ। ਇਹ ਦੋਵੇਂ ਇੱਕ ਰੋਡ ਹੀ ਜਾਮ ਆ ਇਸ ਟਾਈਮ, ਜੇ ਤੁਸੀਂ ਐਂ ਸਮਝੋ ਇਹ ਮਲੋਟ ਰੋਡ ਜਾਮ ਹੋ ਚੁੱਕੀ ਹੈ। ਇਦੋਂ ਬਾਅਦ ਅਸੀਂ ਹੋਰ ਸਕੀਮ ਕਰਕੇ ਆਪਦੀ ਰਾਏ ਕਰਕੇ ਇਹ ਮਲੋਟ ਦੂਜੀ ਮੁਕਤਸਰ ਰੋਡ ਵੀ ਜਾਮ ਕਰਾਂਗੇ, ਇੱਥੋਂ ਬਕਾਇਦਾ ਬੰਦ ਕਰਾਂਗੇ, ਹਜੇ ਤਾਂ ਜਾਣੀ ਹਰਕਤ 'ਚ ਨਹੀਂ ਆਏ।